अस्सलाम वालेकुम व्यूअर्स, अज मौसम थोड़ा ठंडा हो गया, शाम का टाइम होने वाला ही है। तो अज साडा दिल किया कि अज असी मुरब्बे जाके जम्मू खा के आईए। तो एक तुहानू बहुत जरूरी गल तुहाडे नाल शेयर करनी है कि जिहड़ा जम्मू का दरख्त है, ये दोपहर टाइम जिथे जो ज़्यादा हबस हो जाती उदों इहदे उत्ते बिल्कुल नहीं चढ़ना चाहिए। ये बहुत ही कमज़ोर हो जाता है और इहदी टाणी या इहदा जिहड़ा भी वड्डा टाणा टुट्टण दा उहदा ज़्यादा खतरा हुंदा है। शाम टाइम तुसीं चढ़ सकदे जी या सुबह सुबह चढ़ सकते जी। जो हबस हो जाए उदो जम्मू के दरख्त चढ़ना बेवाकूफी है। हुण तुहानू जम्मू ते चढ़ के ताज़े ताज़ा जम्मू नाले खुद खाने हैं, नाले तुहानू विखा विखा के खाने हैं। तुसीं भी इंजॉय करो, असीं तां करना ही करना है। आओ तुहानू जम्मू ते चढ़ के विखाइए किवें जम्मू ते चढ़ीदा हुंदा है। आओ जी आ जम्मू ते चढ़दे हां, अज तुहानू जम्मू ते चढ़ के विखाने हैं। ਹਫਤੇ ਵੇਖੋ ਜੀ, ਇੱਕ ਬਾਂਦਰ ਦਾ ਬੱਚਾ ਖੇਲੇ ਚੜਿਆ ਹੋਇਆ। ਹਲੇ ਉਤਰ ਓਏ, ਕਿਹੜਾ ਤੂੰ? ਓ ਤੇਰੀ ਚੱਲ, ਇਹਨੂੰ ਛੱਡ ਦਿੰਦੇ ਹਾਂ। ਆਹ ਜੰਮੂ ਹੈ ਛੋਟਾ ਹੈ, ਅੱਜ ਤੁਹਾਨੂੰ ਵੱਡੇ ਜੰਮੂ 'ਤੇ ਲੈ ਕੇ ਜਾਂਦੇ ਹਾਂ। ਇੱਥੇ ਜੰਮੂ ਨਹੀਂ ਲੱਗੇ ਇੰਨੇ ਖਾਸ, ਜੰਮੂ 'ਤੇ ਚੜ੍ਹਨ ਦੀ ਕੋਸ਼ਿਸ਼ ਕਰਦੇ ਹਾਂ। ਉਮੀਦ ਹੈ ਕਿ ਚੜ੍ਹ ਜਾਵਾਂਗੇ। ਹੁਣ ਦੇਖੀਏ ਕਿਹੜੇ ਜੰਮੂ ਵਗੈਰਾ ਕਿੰਨੇ ਜੰਮੂ ਹੈ। ਇਹ ਤਾਜ਼ਾ ਜੰਮੂ ਇਹਨੂੰ ਕਹਿੰਦੇ, ਇਹਨੂੰ ਉਰਦੂ ਜਾਮਨ ਕਹਿੰਦੇ ਆ। ਇਹ ਵੈਸੇ ਜਿਗਰ ਵਾਸਤੇ ਬਹੁਤ ਹੀ ਨਿਹਾਇਤ ਅੱਛੇ ਸਾਬਤ ਹੁੰਦੇ ਆ। ਅਤੇ ਹੁਣ ਤਾਂ ਅਸੀਂ ਜੰਮੂ ਦੇ ਉੱਤੇ ਚੜ੍ਹਾਂਗੇ, ਉਮੀਦ ਹੈ ਇਨਸ਼ਾ ਅੱਲਾਹ ਚੜ੍ਹ ਜਾਵਾਂਗੇ। ਬਾਕੀ ਤੁਸੀਂ ਖੁਦ ਵੇਖਿਆ ਜੇ ਕਿ ਮੈਂ ਜੰਮੂ 'ਤੇ ਕਿਵੇਂ ਚੜ੍ਹਦਾ। ਹਾਂਜੀ, ਆਹ ਵੇਖੋ ਤੁਸੀਂ, ਇਹਦੇ 'ਤੇ ਵੀ ਬਹੁਤ ਜ਼ਿਆਦਾ ਕੀੜੇ ਆ। ਅਤੇ ਜੰਮੂ 'ਤੇ ਹਮੇਸ਼ਾ ਜੁੱਤੀ ਲਾ ਕੇ ਚੜ੍ਹੀਦਾ ਹੁੰਦਾ, ਕਿਉਂਕਿ ਇਹਦੇ ਤੋਂ ਪੈਰ ਫਿਸਲਣ ਦਾ ਬਹੁਤ ਜ਼ਿਆਦਾ ਅੰਦੇਸ਼ਾ ਹੁੰਦਾ ਹੈ। ਹੁਣ ਅਸੀਂ ਜੰਮੂ 'ਤੇ ਚੜ੍ਹਦੇ ਹਾਂ, ਤੁਸੀਂ ਵੇਖੋ ਖੁਦ। ਬਾਕੀ ਕੀੜਿਆਂ ਤੋਂ ਥੋੜ੍ਹਾ ਬਚਾ ਕੇ ਉਹ ਕੀੜੇ 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 ਅਸੀਂ ਜੰਮੂ 'ਤੇ ਚੜ੍ਹ ਗਏ। ਬਿਲਕੁਲ ਜਿਹੜੇ ਜੰਮੂ ਜਿਹੜੇ ਤਾਜ਼ਾ ਤਾਜ਼ਾ ਸਾਰੇ ਕੁਝ ਖਾ ਲਿਆ। ਭਾਈ ਕਿੰਨਾ ਵੀ ਜੰਮੂ ਨੇ ਆ ਗਿਆ ਤੇ ਮਾਰ ਮਾਰ ਕੇ ਛਿੱਤਰ ਇੱਕ ਕਰ ਦੇਣਗੇ। ਆ ਜਾ ਜਲਦੀ ਆ। ਨਾਜ਼ਰੀਨ, ਬਹੁਤ ਜ਼ਿਆਦਾ ਮਜ਼ੇਦਾਰ ਜੰਮੂ ਸੀ। ਮੈਂ ਤੁਹਾਨੂੰ ਜੰਮੂ ਖਾ ਕੇ ਵਿਖਾਵਾਂਗਾ। ਕੀੜੇ ਵੀ ਬਹੁਤ ਜ਼ਿਆਦਾ ਜੰਮੂ 'ਤੇ, ਜੰਮੂ ਅੱਗੇ ਮੈਂ ਖਾਧੇ ਬਹੁਤ ਹੀ ਮਜ਼ੇਦਾਰ ਸੀ। ਇਹ ਬਿਲਕੁਲ ਤਾਜ਼ਾ ਜੰਮੂ ਅਤੇ ਐਵੇਂ ਖਾਈਦੇ ਸੱਚੀਦਾ। ਓਏ ਕੀੜੇ ਦੰਦੀਆਂ ਵੱਢੀ ਜਾਂਦੇ, ਬਹੁਤ ਜ਼ਿਆਦਾ ਕੀੜੇ ਹੋ ਗਏ। ਨਾਜ਼ਰੀਨ, ਜੰਮੂ ਖਾਣ ਦੇ ਦੋ ਤਰੀਕੇ ਨੇ। ਇੱਕ ਬੰਦਾ ਤੋੜ ਕੇ ਉੱਤੋਂ ਵੀ ਖਾ ਸਕਦਾ, ਜਿਹੜੇ ਥੱਲੇ ਖਲੋਤੇ ਉਹਨਾਂ ਨੇ ਵੀ ਆਖਰ ਖਾਣੇ ਆ, ਉਹਨਾਂ ਨੂੰ ਹਰਾ ਕੇ ਮਤਲਬ ਖਵਾ ਸਕਦਾ। ਵੇਖਿਆ ਖਵਾ ਨਹੀਂ ਖਾ ਕਾਲੇ ਕਾਲੇ ਨਹੀਂ ਡਿੱਗੇ ਡਿੱਗੇ ਨੇ। ਅੱਛਾ ਬੜੇ ਚੱਲ ਨਾਜ਼ਰੀਨ, ਇਹ ਤਾਜ਼ਾ ਫਰੈਸ਼ ਜੰਮੂ ਬਹੁਤ ਹੀ ਖੂਬਸੂਰਤ ਅਤੇ ਬਿਲਕੁਲ ਪੱਕੇ ਹੋਏ। ਬਾਕੀ ਅਗਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਆ ਜੇ, ਸਬਸਕ੍ਰਾਈਬ ਕਰ ਦਿਆ ਜੇ। ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਜਗ੍ਹਾ 'ਤੇ, ਕਿਸੇ ਹੋਰ ਫਸਲ 'ਚ, ਕਿਸੇ ਹੋਰ ਜਗ੍ਹਾ 'ਤੇ ਨਵੀਂ ਵੀਡੀਓ ਬਾਰੇ। ਇਨਸ਼ਾਅੱਲਾ ਬਹੁਤ ਜਲਦ ਮਿਲਾਂਗੇ। ਥੈਂਕਸ ਫਾਰ ਵਾਚਿੰਗ।